ਬਣ ਗਏ ਚਣੇ? ਇਹ ਮੈਂ ਬਣਾਉਣੇ ਪਿਆਜ਼ ਤੇ ਇੱਕ ਪਿਆਜ਼ ਪਾ ਕੇ ਤੇ ਥੋੜੀ ਜਿਹੀ ਲੂਣ ਮਿਰਚ ਪਾ ਕੇ ਤੜਕਾ ਲਾ ਲਿਆ। ਸੂਟ ਨੀ ਬੁੱਢੀਆਂ ਟੈਂਸ਼ਨ ਖਰੀਦ ਲੈਂਦੀਆਂ। ਹੋਰ ਕੋਈ ਗੱਲਬਾਤ? ਹੋਰ ਕੁਛ ਨੀ, ਰੋਟੀ ਖਾ ਲਓ, ਆ ਜਾਓ ਸਾਰੇ ਜਾਣੇ, ਰੋਟੀ ਦਾ ਟਾਈਮ ਹੈ, ਰੋਟੀ ਖਾ ਲਓ। ਛੱਡ ਲਾ, ਆ ਫਰਿੱਜ ਦੀ ਜਗ੍ਹਾ ਕਿਤੇ ਹੋਰ ਹੋਣੀ ਚਾਹੀਦੀ ਸੀ, ਹੈ ਨਾ? ਆਹ ਫਰਿੱਜ ਇੱਥੇ ਲੱਗੀ ਸੀ। ਹੂੰ, ਇੱਥੇ ਨਹੀਂ ਲੱਗ ਸਕਦੀ? ਇਹਦੇ ਇੱਧਰ ਜਾਂ ਉੱਥੇ ਨੁਕਰੇ ਲਾ ਛੱਡਦੇ, ਪ੍ਰੈਸ ਟੇਬਲ ਇੱਧਰ ਕਰ ਦਿੰਦੇ ਤੇ ਉੱਥੇ ਨੁਕਰੇ ਲੱਗ ਜਾਂਦੀ ਫਿਰ। ਹਵਾ ਬਾਹਰ ਮਿਸਤਰੀ ਲੱਗੇ ਸ਼ੈਡ ਬਣਾਉਣ ਲਈ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਹੋਰ ਕੀ ਹਾਲ ਨੇ ਸਭ ਦੇ? ਤੇ ਫਾਈਨਲੀ ਅਸੀਂ ਅੱਜ ਆ ਹੀ ਗਈਆਂ ਇੱਧਰ ਸਫਾਈ ਕਰਨ ਲਈ, ਆ ਹੀ ਗਈਆਂ ਹੁਣ ਦੋ ਦਿਨਾਂ ਬਾਅਦ ਸ਼ੋਪਿੰਗ ਕਰਕੇ। ਪਤੰਗਾ ਵੇਖ, ਆ ਗੀਤੇ ਭਾਜੀ ਦਾ ਕੰਮ ਹੀ ਆ। ਗੀਤੇ ਕਈ ਵਾਰੀ ਪਤਾ ਉਹ ਲਾਈਟ ਉਹ ਨਹੀਂ ਹੈਗੀ, ਮੀਂਹ ਬਾਰਿਸ਼ ਹੁੰਦੀ ਰਹੀ ਤੇ ਕਿਤੇ ਕਿਆ ਖਲਾ ਰਹੀ ਆ, ਸੰਭਲ ਨਹੀਂ ਮੇਰੇ ਹਿਸਾਬ ਨਾਲ, ਸਲਾਬੀਆਂ ਜਾਣੀਆਂ ਉੱਡਣੀਆਂ ਬਣੀਆਂ, ਉੱਡ ਜਾਣੀਆਂ ਬੈਡ 'ਚ ਪਈਆਂ ਸੀ, ਹੁਣ ਸੁਕਾ ਕੇ ਉਡਾ ਸਕਦੇ। ਖਲਾਰਾ ਤੇ ਪੈਣਾ ਹੀ ਆ ਹੁਣ, ਇੱਕ ਵਾਰੀ ਸਾਰੇ ਕੱਪੜੇ ਸੁਕਾਉਣੇ, ਪੇਟੀ ਦੇ, ਬੈਡਾਂ ਦੇ ਸਾਰੇ, ਅਜੇ ਆਹ ਬੈਡ ਚੋਂ ਕੱਢਣ ਲੱਗੇ ਆ ਤੇ ਆਓ। ਆਹ ਪੰਡ ਵਾਲੇ ਕੱਪੜੇ ਉੱਧਰ ਪਏ ਸੀ ਸਾਡੇ, ਉਹ ਲੈ ਕੇ ਆਏ ਹਾਂ ਅਤੇ ਇੱਥੇ ਹੁਣ ਅਲਮਾਰੀ 'ਚ ਅਸੀਂ ਕੱਪੜੇ ਸੈੱਟ ਕਰ ਜਾਣੇ ਆ, ਕਿਉਂਕਿ ਉੱਧਰ ਵਿਆਹ ਨਾ ਥੋੜ੍ਹਾ ਜਿਹਾ ਹੋ ਜਾਣਾ ਵਾ, ਅਤੇ ਇਸ ਕਰਕੇ ਅਸੀਂ ਕੱਪੜੇ ਇੱਥੇ ਹੀ ਸੈੱਟ ਕਰਕੇ ਰੱਖ ਕੇ ਜਾਵਾਂਗੇ। ਗੱਲਾਂ ਕਰਦੀ ਰਹੀ ਨਾ ਅਤੇ ਸੰਦੀਪੀ ਨੇ ਬੋਲਣਾ ਕਿ ਅਸੀਂ ਨੂੰ ਸੱਤ ਕੰਮ ਲੱਗੀਆਂ ਵਾ ਅਤੇ ਤੂੰ ਕੀ ਕਰਨ ਲਈ ਨਾਲ, ਅਤੇ ਫਿਰ ਮੈਂ ਵੀ ਕੰਮ ਕਰਾ ਲਾਂ। ਆਪਾਂ ਤਿੰਨਾਂ ਨੇ ਨਾ ਸੱਚ ਕੱਲ੍ਹ ਤਿੰਨਾਂ ਜਣੀਆਂ ਨੇ ਕੱਲ੍ਹ ਕੱਪੜੇ ਵੀ ਖਰੀਦੇ ਅਤੇ ਹੱਸੀਆਂ ਵੀ ਬੜਾ, ਬੋਲੀਆਂ ਵੀ ਬੜਾ, ਫਿਰ ਮੈਂ ਨਾ ਰਾਤ ਜਾਣੀ ਆ, ਨੀਂਦ ਹੀ ਨਾ ਆਏ ਮੈਨੂੰ, 5 ਵਜੇ ਉੱਠ ਕੇ ਬਹਿ ਗਈ, ਇੰਨਾ ਪਹਿਲੀ ਵਾਰੀ ਇੰਨਾ ਬੋਲਿਆ ਮੈਂ ਕੱਲ੍ਹ, ਮੈਂ ਬੜਾ ਉੱਦਾਂ ਠੀਕ ਠਾਕ ਹੀ ਬੋਲਦੀ ਹਾਂ, ਉਦੋਂ ਹੀ ਬੋਲਦੀ ਜਦੋਂ ਮੈਂ ਕੈਮਰਾ ਚੁੱਕਣਾ ਹੁੰਦਾ, ਅਤੇ ਸੂਟ ਵੇਖੋ ਮੇਰੇ ਇੱਥੋਂ ਨਿਕਲਣ ਡੇ, ਉੱਦਾਂ ਮੈਂ ਕਹਿੰਦੀ ਮੇਰੇ ਕੋਲ ਕੱਪੜੇ ਆ ਨਹੀਂ ਆ, ਪਰ ਇਹ ਤੇ ਹਿੰਦਰ ਦੇ ਵਿਆਹ ਤੋਂ ਬਾਅਦ ਆ ਜਿਹੜਾ ਮੈਂ ਸੂਟ, ਮੇਰਾ ਹਿੰਦਰ ਦੇ ਵਿਆਹ ਤੇ ਖਰਾਬ ਹੋ ਗਿਆ ਸੀ, ਉਹ ਚੇਂਜ ਕਰਾ ਲਿਆ ਸੀ। ਆ ਪੈਂਟ ਕੋਟ ਸਿਮਰ ਸਿਮਰ ਨੂੰ ਨਾ ਦਿਖਾਈ ਸੱਚ ਵਲੌਗ ਚ, ਉਹਨੇ ਕਿਹਾ ਮੇਰੇ ਇਹ ਕੱਪੜੇ ਆ ਨਹੀਂ ਮੇਰੇ ਮੰਮੀ ਨੇ ਕੱਪੜੇ ਕੱਢਦੀ ਇਹ ਆਹੋ ਜਿਹੜਾ ਵਾਧੂ ਨਹੀਂ ਪਾਉਣਾ ਹੁਣ ਇਹ
ਆਵੇ ਨਵਾਂ ਹੀ ਕਹਿੰਦੀ ਪਾਉਣਾ ਨੀ ਆ ਤਾਂ ਮੇਰਾ ਇਰਾਦਾ ਕੀ ਆ ਬੈਡ ਥੋੜਾ ਜਿਹਾ ਜਗ੍ਹਾ ਚੇਂਜ ਕਰਦੀ ਹੈ ਆ ਜੈਕਟ ਅੱਛਾ ਸ਼ਰਟ ਹਾਂਜੀ ਮੰਮੀ ਜੀ ਮੈਂ ਆਵਾਂ ਮੈਂ ਚਲੋ ਮੈਂ ਨਾਲੇ ਪਤਲੀ ਹੋਊਂਗੀ ਸੁੱਕਣੇ ਪਾਉਣੇ ਆ ਚਲ ਮੈਂ ਜਾਣੀ ਆ ਨਾਲੇ ਪਤਲੀ ਹੋਵਾਂਗੀ ਗਾਇਜ਼ ਮੈਂ ਨਾਲ ਨਾਲ ਆਪਣੀ ਨਾ ਐਕਸਰਸਾਈਜ਼ ਵੀ ਕਰਨ ਲੱਗੀ ਹਾਂ ਪਤਲੀ ਹੋਵਾਂਗੀ ਕੋਠੇ 'ਤੇ ਬਾਰ ਬਾਰ ਚੜੂੰਗੀ ਮੈਂ ਫਿਰ ਆਣੀ ਬੱਸ ਹੋ ਗਈ ਗੱਦੇ ਰੱਖ ਕੇ ਆਈ ਹਾਂ ਸੰਦੀਪੇ ਧੜਕਣ ਵੱਧ ਗਈ ਮੇਰੀ ਦੂ ਫੇਰ ਆਉਣਾ ਇਹਨੇ ਐਲਬਮ ਕੱਢ ਲਈ ਉਹ ਆਹ ਜੋੜੀ ਵੇਖ ਵਿਚੋਲਾ ਵਿਚੋਲਣ ਕਿੱਥੇ ਮੇਰੀ ਵੀ ਕੱਢਣੀ ਸੁਣੀ ਐਲਬਮ ਇੱਧਰ ਵੇ ਛਾਲ ਵੇਖ ਬੱਲੇ ਆਵੇਂ ਸਰਬਾਲਾ ਵੇ ਕਿੰਨਾ ਕਿਊਟ ਹੀ ਇਹ ਹੁਣ ਕਿੱਡਾ ਹੋਇਆ ਹੋਣਾ ਨਾ ਸਰਬਾਲਾ ਆਵੇਂ ਜੋੜੀ ਆਵੇਂ ਨੇ ਦਿਲ ਬਣਾਇਆ ਇੱਧਰ ਡੈਡੀ ਮੰਮੀ ਇੱਧਰ ਜੋੜੀ ਇੱਧਰ ਜੋੜੀ ਭੂਆ ਫੁੱਫੜ ਡੈਡੀ ਨੇ ਤਾਂ ਮੈਂ ਖਿਚਾਈ ਹੋ ਫਿਰ ਇਹਨਾਂ ਨਾ ਫੋਟੋ ਡੈਡੀ ਨੇ ਹੁਣ ਕਮਲ ਭਾਜੀ ਦਾ ਆਪੇ ਸਾਨੂੰ ਪਤਾ ਨੀ ਹੋਣਾ ਹੁਣ ਸਾਨੂੰ ਪਤਾ ਨੀ ਲੱਗਦਾ ਚੀਜ਼ਾਂ ਦਾ ਪਤਾ ਨੀ ਲੱਗਦਾ ਤੇ ਜੇ ਡੈਡੀ ਹੁੰਦੇ ਤੇ ਸਾਨੂੰ ਕੋਈ ਬੇਫਿਕਰ ਹੋਣਾ ਸੀ ਪਰਵਾਹ ਬੇਪਰਵਾਹ ਹੋਣਾ ਸੀ ਅਸੀਂ ਏਦਾਂ ਹੁਣ ਫੋਟੋ ਖਿੱਚੀ ਜੇ ਕਦੀ ਨਵੇਂ ਨਵੇਂ ਆ ਮੇਰੀ ਪਾਰਟੀ ਵਾਲੇ ਦਿਨ ਦੀ ਡਰੈਸ ਕੱਲ ਮੈਂ ਕਿਹਾ ਨਾ ਜਦੋਂ ਉਹ ਲਹਿੰਗਾ ਲੈਣਾ ਵਾ ਤੇ ਮੰਮੀ ਨੇ ਕਿਹਾ ਕੋਈ ਗੱਲ ਨੀ ਤੁਸੀਂ ਲੈਣਾ ਲਓ ਉਹਨਾਂ ਨੂੰ ਕੋਈ ਪੁੱਛਣਾ ਹੈ ਮਤਲਬ ਸਿਮਰ ਹੋਣਾ ਨੂੰ ਲੱਗੀ ਵੇ ਮੈਂ ਕਰਕੇ ਫਲਾਈ ਆਵਾਂ ਕਰਕੇ ਫਲਾਈ ਆਵਾਂ ਲੋ ਆ 12 ਸਾਲ ਹੋ ਗਏ ਗਾਇਜ਼ ਸਾਡੇ ਵਿਆਹ ਨੂੰ ਹੁਣ ਮੈਨੂੰ ਆ ਵੇਖ ਲੋ ਕੀ ਹਾਲ ਕਰਨ ਡੇ ਐਲਬਮ ਦਾ ਓਹਨੂੰ ਪੁੱਛੀ ਵੀ ਕੀ ਪਾਈਦਾ ਵਾ ਮਾਮੀ ਦੀ ਚਾਹੀਦੀ ਹੋਣੀ ਫੋਟੋ ਵੱਡੀ ਮਾਮੀ ਦੀ ਸਾਡੀ ਡੈਡੀ ਮੰਮੀ ਨੇ ਮੈਚਿੰਗ ਕੀਤੀ ਵਿਆਹ ਵਾਲਾ ਮੁੰਡਾ ਜਿਦਾ ਹੁਣ ਵਿਆਹ ਹੈ
ਇਹਦੇ ਵਿੱਚ ਹੋਈ ਗਈ ਵਲੌਗ ਚ ਇਹਨਾਂ ਦੀ ਵੇਖ ਕੇ ਦੋਈ ਵਾਰੀ ਮਿਲਦੀ ਹੋਈ ਡੈਡੀ ਦੋਵੇਂ ਮੰਮੀ ਵੇਖੋ ਆ ਜੋਤੀ ਵੱਲ ਵੇ ਜੋਤੀ ਇੱਧਰ ਵੇਖ ਆਪਣੀ ਫੋਟੋ ਵੇਖ ਵਿਪਨ ਕੋਮਲ ਮਨਦੀਪ ਕੋਮਲ ਕੋਮਲ ਤੂੰ ਵੀ ਵੇਖ ਲਾ ਪ੍ਰਭ ਤੂੰ ਵੀ ਵੇਖ ਲਾ ਮਨਦੀਪ ਤੂੰ ਵੀ ਵੇਖ ਅਮਨ ਤੂੰ ਵੀ ਵੇਖ ਆਪਣੀ ਫੋਟੋ ਵੇਖ ਆਰਸ਼ ਵੇ ਪਿੱਛੇ ਅਰਸ਼ ਇੱਥੇ ਵੇਖ ਅਰਸ਼ ਦੀ ਇੱਥੇ ਫੋਟੋ ਆਈ ਬੜੇ ਗੁੱਸੇ ਚ ਲੱਗਣੀ ਆ ਸੰਦੀਪ ਤੂੰ ਵੇਖ ਤੂੰ ਕੀ ਬਣੀ ਆ ਪੱਖੇ ਥੱਲੇ ਚੰਗੀ ਨੀ ਲੱਗੀ ਹੋਣੀ ਫਿਰ ਲਾ ਦਿੱਤੀ ਮਾਸੀ ਜੀ ਵੇਖ ਲੋ ਸੰਦੀਪ ਦੀ ਕਹਿਣ ਦੀ ਕੌਣ ਗੀਤਾ ਅੱਛਾ ਬਾਕੀ ਮਾੜੇ ਆ ਰੋਂਦੀ ਜੇ ਮੇਰਾ ਸੰਡੀ ਹੁੰਦੀ ਆ ਅੱਛਾ ਆ ਰਾਜੇ ਵੱਲ ਵੇਖ ਰਾਜਾ ਦਿਖਾਈ ਰਾਜਾ ਤੇ ਹੰਕਾਰ ਵੇ ਰਾਜਾ ਬਹੁਤਾ ਛੋਟਾ ਸੀ ਵਿਸ਼ੂ ਵੀ ਦਿਖਾਈ ਬਾਅਦ ਚ ਵਿਸ਼ੂ ਕਿੱਥੇ ਆ ਆ ਵੇਖ ਆ ਇੱਧਰ ਵੇਖ ਆ ਵੇਖ ਆ ਤੇ ਵੈਸੇ ਓਦਾਂ ਹੀ ਬਿਠਾਇਆ ਸੀ ਓਦਾਂ ਪੀ ਉਹਦੀ ਕੁੜੀ ਦੀ ਭੈਣ ਬੈਠੀ ਆ ਤੇ ਮੁੰਡੇ ਦਾ ਭਰਾ ਬੈਠਾ ਏ ਤੇ ਰੱਬ ਨੇ ਹੀ ਬਿਠਾਏ ਸੀ ਬਾਅਦ ਚ ਇਹਨਾਂ ਦੀ ਜੋੜੀ ਬਣ ਗਈ ਫਿਰ ਮੈਂ ਕਿਹਾ ਚੱਲ ਨਾਲ ਇਹ ਰੋਂਦੀ ਸੀ ਵਿਆਹ ਤੇ ਇਹ ਨਾ ਰੋਂਦੀ ਸੀ ਵਿਆਹ ਤੇ ਕਹਿੰਦੀ ਸੀ ਨਾਲ ਹੀ ਜਾਣਾ ਮੈਂ ਚੱਲ ਨਾਲ ਹੀ ਆ ਜਾ ਭੈਣ ਤੋਂ ਬਿਨਾ ਦਿਲ ਨੀ ਲੱਗਣਾ ਆਵੇ ਆਂਦੀ ਭੈਣ ਤੋਂ ਬਿਨਾ ਦਿਲ ਨੀ ਲੱਗਣਾ ਅੱਛਾ ਇਹ ਮੇਰਾ ਮੂੰਹ ਆ ਨਾ ਤੇ ਭੂਆ ਨੇ ਭੂਆ ਦੀ ਕਿੱਥੇ ਭੂਆ ਨੇ ਵੀ ਇੱਕ ਬਣਾਇਆ ਭੂਆ ਆਵੇ ਭੂਆ ਤੇ ਜਾਣਾ ਆਵੇ ਭਤੀਜੀਆਂ ਨੇ ਇੱਧਰ ਵੇ ਚਾਚਾ ਮੇਰਾ ਛੋਟਾ ਚਾਚਾ ਮੈਂ 19 ਸਾਲਾਂ ਦੀ ਹਾਂ ਵੇਲਾ ਵੀ ਵਾਲੇ ਦਿਨ ਦੀ ਇੱਧਰ ਸਿਮਰਜੀਤ ਸਿੰਘ ਮੈਡ ਜਸਵਿੰਦਰ ਕੌਰ ਰਿਸੈਪਸ਼ਨ ਸੈਰੇਮਨੀ ਰੱਖੜੀ ਵਾਲੇ ਦਿਨ ਹੀ ਵਿਆਹ ਕਾਲਾ ਪਰਸ ਫੜਿਆ ਇਹ ਕਿੱਥੇ ਫੋਨ ਲੱਗਾ ਸੀ ਓਦਾਂ ਹੀ ਉਹਨੇ ਸਟਾਈਲ ਨਾ ਆ ਮੇਰਾ ਸਟਾਈਲ ਨਹੀਂ ਉਹ ਵਾਲਾ
ਕਿਹੜਾ ਫੋਨ ਕਹਿੰਦਾ ਏ? ਕਿਹੜਾ ਕਹਿੰਦਾ ਦੱਸ ਦੱਸ ਬੋਲ। ਕਹਿੰਦਾ ਮੈਂ ਘਰੇ ਪੈ ਪਾਉਣ ਲਈ ਕਿਹਾ, ਉਹਦੇ ਫੋਨ ਲੈ ਕੇ ਬਹਿ ਗਿਆ। ਅੱਛਾ, ਇੱਕ ਆਹ ਸੂਟ ਚੇਂਜ ਕੀਤਾ ਸੀ ਮੈਂ, ਆਹ ਵੀ ਇੱਥੇ ਆਪਾਂ ਗੱਲਾਂ ਕਰਨ ਡਏ ਹਾਂ। ਅੱਖਾਂ ਵੇ ਬਰਾਂਡੇ ਪ੍ਰੀਤ ਵੇ ਕਰਾਟੇ ਕਰਾਟੇ ਮੰਮੀ ਵੱਲ ਵੇ ਚਾਚੀ ਸੰਦੀਪੀ ਕੀ ਬਣੀ ਆ ਜਲੂਸ ਕੱਢਿਆ ਇਹਨੇ ਕਿੰਨੀ ਕੁ ਕਦਰ ਆ ਵੱਡੀ ਭੈਣ ਦੀ। ਸਹਿਜ ਵੇ ਉਹ ਦੋ ਨਿੱਕੀ ਜੀ ਰਹਿੰਦੇ ਉਧਰ ਵੇ ਡੈਡੀ ਵੱਲ ਵੇ ਇੱਧਰ ਵੇ ਇੱਥੇ ਬਣ ਗਿਆ ਸੁਖਬੀਰ ਬਾਦਲ ਡੈਡੀ ਇੱਥੇ ਸੁਖਬੀਰ ਬਾਦਲ ਵਰਗੇ ਲੱਗਣ ਗਏ ਡੈਡੀ ਦਾੜੀ ਵੀ ਕਾਲੀ ਹੋ ਰਹੀ ਹੈ ਨਾ ਸੁਖਬੀਰ ਬਾਦਲ ਹੀ ਲੱਗਣ ਡੇ ਸੇਮ ਉਹਨਾਂ ਦੇ ਤਾਂ ਡੀਐਸਪੀ ਆ ਕੋਈ ਨੌਕਰੀ ਕਰਨਾ ਕਿੰਨੇ ਆਪਾਂ ਵੇ ਆਪਾਂ ਦੋਵੇਂ ਜਾਣੇ ਕਿੰਨੇ ਉਹ ਜੋੜੀ ਵੇ ਸਾਡੀ ਕੰਮ ਕਰਾਂਗੇ ਲੈਂਗੇ ਤੂੰ ਸੁੱਕਦੇ ਰਹਿੰਦੇ ਧੁੱਪ ਲੱਗਦੀ ਕੱਪੜੇ ਇੱਥੇ ਕੋਠੇ ਤੇ ਮੈਂ ਪਾ ਕੇ ਆਉਂਗੀ ਕੋਈ ਨਹੀਂ ਕੱਠੀਆਂ ਕੱਢਾਂ ਕੋਈ ਗੱਲ ਕੀਤੀ ਜਿਹੜੀ ਮੈਂ ਰਿਕਾਰਡ ਨਹੀਂ ਕਰ ਸਕਦੀ ਮੰਮੀ ਹੁਣ ਇੱਧਰ ਆ ਸਿਮਰ ਵੱਲ ਵੇਖੋ ਸਿਮਰ ਨੂੰ ਪੱਗ ਬੱਝਣ ਡੀ ਮਾਮਾ ਜੀ ਬੰਨਣ ਡੇ ਸਿਮਰ ਭੈਣਾ ਹੋਰ ਰਾਜਾ ਜੀ ਪੱਗਾਂ ਬੱਝੀਆਂ ਸੀ ਸਿਮਰ ਉਹਨਾਂ ਨੂੰ ਆ ਵੇਖੋ ਮੰਮੀ ਜੀ ਉਦੋਂ ਤੁਸੀਂ ਹੋਰ ਪਤਲੇ ਸੀ ਤੇ ਇਹ ਕਿੰਨੇ ਸਾਲ ਹੋ ਗਏ ਇਹ ਐਲਬਮ ਨੂੰ ਇੱਥੇ ਲਿਆ ਹੋਇਆ ਤਰੀਕ ਨਹੀਂ ਪਾਈ ਉਹਨਾਂ ਨੇ ਇਹਨਾਂ ਤਰੀਕ ਪਾਈ ਦਾਦਾ ਜੀ ਦੀ ਫੋਟੋ ਦਿਖਾਓ ਸਾਡੇ ਮਤਲਬ ਆਹ ਗੀਤਾ ਭਾਜੀ ਆ ਆਹ ਕਮਲ ਭਾਜੀ ਆ ਹਨਾ ਇਹ ਕਮਲ ਭਾਜੀ ਆ ਨਾ ਕਮਲ ਭਾਜੀ ਤੇ ਕਮਲ ਤੇ ਆਹ ਜੀ ਆਹ ਗੀਤਾ ਭਾਜੀ ਆ ਆਹ ਵੀ ਉਹੀ ਆ ਆਹ ਪ੍ਰੀਤੀ ਦੀਦੀ ਲੱਗਦੀ ਕਿ ਨਹੀਂ ਆਹ ਕੌਣ ਆ ਪ੍ਰੀਤੀ ਦੀਦੀ ਆ ਸਿਮਰ ਡੈਡੀ ਵਾਂਗੂ ਲੱਗਦੇ ਆ ਇਹ ਡੈਡੀ ਦੇ ਵਿਆਹ ਦੀ ਫੋਟੋ ਆ ਤੇ ਸੇਮ ਸਿਮਰ ਵਰਗੀ ਆ ਤੇ ਸਿਮਰ ਦੀ ਵਿਆਹ ਦੀ ਫੋਟੋ ਏਦਾਂ ਦੀ ਆ ਮੰਮੀ ਦੇ ਘੁੰਡ ਕੱਢਿਆ ਮੰਮੀ ਦੀ ਫੋਟੋ ਵਾਲੀ ਮੂੰਹ ਦੀ ਫੋਟੋ ਫੋਟੋ ਵਾਲੀ ਕਹਿਣ ਡੀ ਪਹਿਲਾਂ ਵੇਖ ਲੋ ਹੈ ਘੁੰਡ ਕੱਢ ਕੇ ਸਾਰੀ ਐਲਬਮ ਬਣ ਜਾਂਦੀ ਘੁੰਡ ਕੱਢਿਆ ਤੇ ਉਹ ਕਈ ਹੋਰ ਮੁੰਡੇ ਦੇ ਨਾਲ ਚਲ ਗਈ ਆਏ ਦਾਦਾ ਜੀ ਮਤਲਬ ਸਿਮਰ ਹੋਣਾ ਦੇ ਦਾਦਾ ਜੀ ਸਿਮਰ ਦੀ ਸਿਮਰ ਦੀ ਕਹਿਣ ਡੀ ਡੈਡੀ ਦੀ ਫੋਟੋ ਆ ਤੇ ਸੇਮ ਸਿਮਰ ਵਾਂਗੂ ਆ ਤੇ ਸਿਮਰ ਦੀ ਵਿਆਹ ਦੀ ਫੋਟੋ ਏਦਾਂ ਦੀ ਆ ਹੈਗੀ ਸ਼ੁਕਰ ਘਰ ਵਿਆਹ ਦੀ ਇੱਕ ਅੱਛਾ
ਪੰਜਾਬੀਆਂ ਬਣਾਉਣ ਦੀ ਵੀ ਵੇਖਾਂ ਨਾਨੀ 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 ਤੇ ਮੈਂ ਵੇਖੇ ਆ ਪੰਜਾਬੀ ਬਣਾਉਣ ਦੀ ਕਰਦੀ ਆ ਸਫਾਈ ਵਾਲਾ ਵਲੌਗ ਬਣਾਉਣਾ ਸੀ ਤੇ ਬਣ ਕਿਹੜਾ ਚੱਲਾ ਏ ਐਲਬਮ ਵਾਲਾ ਪੁਰਾਣੀਆਂ ਯਾਦਾਂ ਯਾਦਾਂ ਤਾਜ਼ੀਆਂ ਕਰ ਲਈਆਂ ਅਸੀਂ ਚੱਲ ਹੁਣ ਸੰਦੀਪ ਉੱਠ ਉੱਠ ਜਾ ਉੱਠਦੀ ਆ ਮੈਂ ਤੇ ਕੋਕੇ ਸ਼ੋਕੇ ਦੇ ਵੇਖਣਾ ਇਹਨੂੰ ਵੇ ਉੱਠ ਇਹ ਚੌਲ ਵੇ ਮਾਸਾ ਕੁ ਆਪਣੇ ਵਾਸਤੇ ਲੈ ਕੇ ਆਈ ਅਸੀਂ ਉੱਧਰੋਂ ਰੋਟੀ ਖਾ ਆਏ ਹਾਂ ਅਤੇ ਇਹਦੇ ਵਿੱਚ ਚੌਲ ਪਾ ਕੇ ਲੈ ਕੇ ਆਈ ਖਾਣ ਲਈ ਆਪਣੇ ਥੋੜ੍ਹੇ ਜਿਹੇ ਦੁੱਧ ਲਿਆਂਦਾ ਉੱਧਰੋਂ ਚਾਹ ਬਣਾਉਣ ਲਈ ਇੱਥੇ ਫਿਰ ਪਾਣੀ ਲਿਆਂਦਾ ਪੀਣ ਲਈ ਇੱਕ ਬੋਟਲ ਦੇ ਅਤੇ ਪਾਣੀ 'ਤੇ ਗਰਮ ਹੋ ਜਾਣਾ ਕਿਉਂਕਿ ਫਰਿੱਜ ਕਹਿੰਦੀ ਜ਼ਿਆਦਾ ਚੌਲ ਲੱਗ ਗਈ ਅਤੇ ਮੰਗਣਾ ਲੈਣ ਆਸ਼ੂ ਵੇਖ ਚੁੱਕੀ ਸਿਮਰ ਨੇ ਛੋਟੀ ਦੀ ਭੈਣ ਤਿੰਨੇ ਚਾਰੇ ਭੈਣ ਭਰਾ ਆਵੇ ਨਿੱਕੀ ਦੀ ਅਤੇ ਆਹ ਤਿੰਨੇ ਭਰਾ ਹੁਣ ਮੈਨੂੰ ਤਾਂ ਭੁੱਖ ਵੀ ਲੱਗ ਗਈ ਆ ਸੰਦੀਪ ਮੇਰਾ ਦਿਲ ਕਹਿੰਦਾ ਲਾਗੇ ਵਾਲੀ ਆਂਟੀ ਦੀ ਦੁਕਾਨ ਤੋਂ ਨਾ ਫੋਟੋ ਕੱਢ ਲੈ ਜਿਹੜਾ ਵੀ ਨਾ ਕੀ ਰਤਨ ਸਿੰਘ ਮਾਮੀ ਜੀ ਮੇਰਾ ਸੂਟ ਕੋਈ ਨੀ ਦੇਣਾ ਮੈਂ ਪਾਉਣੇ ਸਾਰੇ ਨਹੀਂ ਪਾਉਣਾ ਮੈਂ ਜਾਗੋ ਤੇ ਮੰਮੀ ਜੀ ਮੈਂ ਉੱਥੇ ਲਹਿੰਗਾ ਪਾਉਣਾ ਆਹ ਵੇ ਮੇਰੀ ਫੋਟੋ ਵੇ ਹੀਰੋਇਨ ਵੇ ਬੰਬੇ ਦੀ ਪਾਉਣਾ ਹੈ ਪਾਉਣਾ ਕਿਉਂ ਨੀ ਮੈਂ ਸਾਰੀਆਂ ਗੱਲਾਂ ਪਾਵਾਂਗੀ ਇਹਦੀ ਵਲੋਗ 'ਚ ਪਾਉਣਾ ਨਹੀਂ ਆ ਮੇਰੇ ਕਿਊਟ ਡੱਬੇ ਕੱਚ ਦੇ ਫੋਟੋ ਦੱਸੀ ਮੇਰੀ ਹੈਗੀ ਆ ਜੁੱਤੀ ਹੈਗੀ ਮੈਂ ਨੀ ਪਾਉਣੀ ਇਹਨੂੰ ਦੱਬ ਖੜਬੀ ਹੋਈ ਆ ਇਹਦੇ ਮੈਨੂੰ ਪਤਾ ਹੀ ਨੀ ਮੇਰੀ ਆ ਕਿਤਾਬਾਂ ਵੇ ਪੜੀ ਭਾਵੇਂ ਇੱਕ ਬਣਾਵੇ ਅੱਛਾ ਸਬਜ਼ੀ ਸੁਬਜ਼ੀ ਬਣਾਉਣ ਦੇ ਕੀ ਨਹੀਂ ਚੌਲਾਂ 'ਚ ਕਿੰਨਾ ਖੰਡ ਪਾਉਣੀ ਕਿੰਨੀ ਮਿਰਚ ਪਾਉਣੀ ਚੱਲ ਕੱਢ ਯਾਰ ਬਾਹਰ ਕੱਢ ਵੇਖ ਮੇਰਾ ਆ ਸ਼ੁਰੂਆਤ ਕੰਪਿਊਟਰ ਦੀ ਪੈਂਟ ਕੋਡ ਹੋਇਆ ਕੀ ਇਹਨੂੰ ਕੁਛ ਨਹੀਂ ਮੈਂ ਏਡਾ ਸੋਹਣਾ ਕੋਡ ਆ ਕਲਰ ਆ ਨਾ ਵਿਆਹ ਵਾਲਾ ਤੇ ਵਿਆਹ ਤੇ ਹੋਣਾ ਨਾ ਵਿਆਹ ਵਾਲਾ ਕਲਰ
ਨਹੀਂ ਉਹਨੇ ਪਾਉਣਾ ਨੀ, ਇਹਦੀ ਪੈਂਟ ਖਰਾਬ ਕਰ ਲਈ ਉਹਨੇ। ਕਿਉਂ ਉਹਨੂੰ ਪਾਲੇ ਮੰਮੀ ਜੀ? ਬੈਗ ਵੇਖੋ ਪਾਪਾ ਰੱਖੇ। ਆ ਓਪੋ ਦਾ ਡੱਬਾ ਨਾ ਸੁੱਟਿਓ ਮੰਮੀ ਜੀ, ਕਿਉਂਕਿ ਜੇ ਫੋਨ ਮੈਂ ਵੇਚਣਾ ਹੋਇਆ ਤੇ ਚੱਲ ਡੱਬਾ ਵੀ ਦੇ ਦੂੰਗੀ ਭਾਈ ਨੂੰ ਨਾਲ, ਜਿਹਨੂੰ ਦੇਣਾ ਹੋਊਗਾ ਫੋਨ ਬਣਾਵਾਂਗੇ। ਉਹਦੀ ਗ੍ਰਿਲ ਉਹ ਸੁੱਟਤੀ ਉਹ ਬਾਹਰ ਕੱਢ ਕੇ। ਕਿਹੜੀਆਂ? ਇਹਦੇ 'ਚ ਵੀ ਕਿਤਾਬਾਂ, ਉਹਦੇ 'ਚ ਵੀ ਕਿਤਾਬਾਂ, ਸਾਰੀਆਂ ਪਰ ਮੈਂ ਦੇਣੀਆਂ ਨਹੀਂ ਕਿਤੇ। ਹੈਂ ਸਟੈ ਇਹ ਸਫਾਈ ਕਰਨ ਦੀ ਲਹਿੰਗਾ, ਇਹ ਸਗਨ ਦੇ ਪਾਉਣਾ। ਕਹਿੰਦੀ ਘਬਰਾਤੇ ਪਾ ਕੇ ਮੈਂ ਨੈਟ ਨਹੀਂ ਲੈਣੀ ਤੇ ਆ ਕੁਛ ਨਹੀਂ ਲਈ। ਇਹ ਉਹਦਾ ਨੈਟ ਚੱਲਦੀ ਸੀ ਨਾ, ਕਾਲੀ ਹੋ ਗਈ ਆ ਚੀਜ਼। ਆ ਲਹਿੰਗਾ ਕਾ ਸ਼ਰੱਗ ਦਿਖਾ। ਸ਼ਰੱਗ ਕਰਕੇ ਲਿਆ ਸੀ ਸੂਟ ਮੈਂ, ਓਦਾਂ ਹੀ ਪਾਉਂਦੀ ਓ ਇੱਧਰ। ਆ ਵੇਖ ਕਢਾਈ ਵੇਖ ਦੀ ਸ਼ਰੱਗ ਦੀ ਕਿੰਨੀ ਪਿਆਰੀ, ਇੱਧਰ ਵੇਖੋ। ਆ ਸੰਦੀਪੀ ਦਾ ਹੀ ਗਾਉਣ ਆਂਦੀ ਆ ਵੀ ਦੇ ਦੀ, ਆ ਵੀ ਦੇ ਦੀ ਮੰਮੀ ਕਹਿੰਦੀ ਜਿਹੜੀ ਤੁਸੀਂ ਲੰਡੀ ਦੇ ਘਰ ਮੰਡੀ ਲਾਈ ਆ ਨਾ, ਛੱਪੜ ਚਕਣੀਆਂ ਨਹੀਂ ਵਿਹੜੇ ਚ ਵੀ ਪੈਂਦੀਆਂ ਨੇ। ਖਲਾਰਾ ਪਾਉਣ ਡੀ ਤੂੰ, ਸਾਂਭਣ ਨੀ ਡਈ ਆ ਕਾਗਜ਼ ਏਦਾਂ ਖਲਾਰ ਤੇ, ਸਿਮਰ ਦੀ ਕਾਪੀ ਲੱਭਣੀ ਆ ਜਦ ਮੈਂ ਪਹਿਲੀ ਵਾਰੀ ਬੰਬੇ ਗਈ ਹਾਂ। ਆ ਫਿਰ ਬੰਬੇ ਜਾਂਦੀ ਨੀ ਜਾਂਦੀ ਆ ਸਿਮਰ ਹੋਣੀ ਘੁੰਮਣ ਗਏ ਸੀ ਤੇ ਆ ਮੁੰਬਈ ਦੀ ਹੀਰੋਇਨ ਕੀ ਮੁਲਗੀ, ਮੁਲਗੀ ਕਹਿੰਦੇ ਹੁੰਦੇ ਉੱਥੇ ਕੁੜੀ ਨੂੰ ਮਰਾਠੀ ਚ। ਇੱਧਰ ਇਹ ਜੋੜੀ ਕਹਿੰਦੇ ਹੁਣ ਮੰਮੀ ਦੇ ਸੂਟ ਕੱਢੋ ਬਾਹਰ, ਬਹੁਤ ਪਿਆਰਾ ਹੈ ਆਓ ਆ ਵਾਲਾ ਪਾਇਆ ਨੀ ਤੁਸੀਂ ਅਜੇ ਤੱਕ ਮੰਮੀ ਜੀ, ਖਰਾਬ ਕਰਤਾ ਤੇ ਨਵਾਂ ਸੂਟ ਪਾਇਆ ਨੀ ਆਵੇ। ਮੁੰਸ਼ੀ ਕਿੰਨੀ ਪਿਆਰੇ ਬਣਵਾਏ ਸ਼ਿੰਦੀ ਦਿੱਤਾ ਵਾ ਜਦੋਂ ਦਸ ਦਿਨ ਰਹੀ ਨਹੀਂ ਸਰਾਣੇ ਵੀ ਮੰਮੀ ਦੇ ਸੂਟ ਬਾਹਰ ਰੱਖ ਆਏ ਆ। ਮੈਂ ਕਿਹਾ ਮੰਮੀ ਸਾਡੇ ਸੂਟ ਦਿਖਾਉਣ ਡੇ, ਮੈਂ ਵੀ ਮੰਮੀ ਦੇ ਸੂਟ ਦਿਖਾਵਾਂ। ਆਵੇ ਮੰਮੀ ਦੇ ਕੱਪੜੇ ਇੰਨੇ ਧੁੱਪ ਲਾਉਣ ਡਏ ਆ, ਲੱਭਣੀ ਡੀ ਰਜਾਈਆਂ ਚ ਚੱਲ ਕੰਮ ਕਰਦੀਆਂ ਕਰ ਲਈਏ ਕੱਪੜੇ ਰੱਖਣ ਲੱਗਿਆ। ਨਹੀਂ ਮੰਮੀ ਜੀ ਸਫਾਈਆਂ ਨੀ ਕਰਨੀਆਂ, ਕਚਰਾ ਲਾਉਣਾ ਝਾੜਨਾ ਕਮਰਾ। ਖਲਾਰੇ ਵੇਖੋ ਆਦਾ ਥੱਲੇ, ਇੱਕ ਹੀ ਪੌਂਡ ਹੈਗੀ ਉੱਪਰ। ਨਹੀਂ ਮੈਂ ਤਾਂ ਹੀ ਘਰ ਵੇਖਣ ਦੀ ਹਾਂ, ਬਾਹਰ ਕੋਈ ਵੀ ਨਹੀਂ ਦਿਖਣ ਰਿਹਾ। ਮੈਂ ਚਲ ਆਵਾਜ਼ ਮਾਰਦੀ ਨਹੀਂ ਗੱਲ, ਉਂਝ ਕਹਿੰਦੇ ਇੱਧਰ ਆਉਂਦੇ ਨਹੀਂ ਤੁਸੀਂ ਆਹ ਮਹੱਲੇ, ਹੁਣ ਕੋਈ ਵੀ ਨਹੀਂ ਆਉਂਦਾ। ਥਕਾਵਟ ਨਹੀਂ ਮਹਿਸੂਸ ਹੁੰਦੀ ਫਿਰ ਗੱਲਾਂ ਬਾਤਾਂ ਨਾ। ਆਹੋ ਤੂੰ ਜਿਹੜੇ ਪਏ ਉਹ ਵੀ ਲਾ ਦੇ।
ਜਿਹੜੇ ਪਏ ਕੱਪੜੇ ਉਹ ਵੀ ਤੂੰ ਲਾਉਣ ਡਈ ਏ। ਰਜਾਈਆਂ ਚੜਾਉਣ ਡਈ ਅਜੇ ਕਿੰਨੀਆਂ। ਚੱਲ ਮੈਂ ਵੀ ਚੜਾ ਦਿੰਦੀ ਨਾਲ, ਚੱਲ ਮਲੂ ਓਹਨੂੰ ਚੁੱਕਦੀ ਹਰੇ ਬਾਅਦ ਚ। ਵਿਆਹ ਕਰ ਲਈ ਤੇਰਾ ਕੰਮੇ ਉਹ ਕਰਨਾ ਸੀ ਤੇਰੀ ਬੁੱਢੀ ਦਾ ਵਿਆਹ ਆ ਉਹ ਵਰਜਾਈ ਤਲਾਈ ਜਾ ਜਾ ਕੰਮੇ ਮਾ ਜੀਰ ਮੇਆ ਜਦ ਮੈਂ ਆਪਣੇ ਕੰਮੇ ਲਾ ਤੇ ਠੀਕ ਕੰਮੇ ਸਰਨਾ ਹੈ ਕੰਮੇ ਨਾ ਉਹ ਕੰਮੇ ਬਣਿਆ ਪੈਸੇ ਜੋੜ ਲੈ ਪੈਸੇ ਆ ਜੋੜ ਲੈ ਜਾ 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 ਚੱਪਾ ਪੈਸੇ ਕੋੜਾ ਕਿਹੜਾ ਵਾਲਾ ਹੀ ਆਵੇ ਇਹਦੀ ਤਾਂ ਕਲਗੀ ਵੀ ਹੈਗੀ ਆ ਅਜੇ ਤਾਂ ਕਲਗੀ ਤੇਰਾ ਕੋਈ ਕਲਗੀ ਆ ਜਿਹੜੀ ਆ ਇਕੱਲੀ ਨਵੇਂ ਨਹੀਂ ਅਜੇ ਇੱਧਰ ਵੇਖ ਤੇਰਾ ਕੋਈ ਕਲਗੀ ਆ ਆਈ ਸੁਰਮੇ ਦਾ ਨਿਸ਼ਾਨ ਤਾਂ ਕੋਣੀ ਸੁਰਮੇ ਦਾ ਨਹੀਂ ਫੜਨੀ ਨਹੀਂ ਨਵੀਂ ਲੈ ਲਾਂਗੇ ਨਵੀਂ ਲੈ ਲਾਂਗੇ ਸੋ ਆ ਤੇ ਇਜ਼ੀ ਆ ਆਸੇ ਮਜੀ ਦੀ ਕਲਗੀ ਲਾ ਅੱਛਾ ਆ ਉਹਦੀ ਆ ਕੱਲੀ ਤੇਰਾ ਤੋਂ ਵੀ ਆਉਂਦੀ ਆ ਆ ਇਹ ਵੀ ਸੁਰਮੇ ਦਾ ਨਹੀਂ ਆ ਉਹ ਤੇ ਉਹ ਹੀ ਆਖਣ ਡਈ ਆ ਲਾਂਗੇ ਨਹੀਂ ਮੰਮੀ ਜੀ ਨਵੀਂ ਪਤਾ ਕੀ ਵੀਡੀਓ ਬਣਨੀ ਕੋਠੇ ਤੋਂ ਸੁੱਕਣੇ ਪਾ ਕੇ ਭੁੱਖ ਲੱਗ ਗਈ ਆ ਤੇ ਮੈਂ ਚਾਚੀ ਦੀ ਦੁਕਾਨ ਤੋਂ ਕੁਰਕਰੇ ਫੜ ਕੇ ਲਿਆਉਣੇ ਚਾਚੀ ਜੀ ਦੁਕਾਨ ਬੰਦ ਕਰਕੇ ਇੱਥੇ ਆ ਗਏ ਕੁਰਕਰੇ ਲੈਣ ਆਉਣ ਲੱਗੇ ਸੀ ਅਸੀਂ ਦੁਕਾਨ ਲਾਗੇ ਕੁਰਕਰਿਆਂ ਦੇ ਪੈਕਟ ਆ ਦੋ ਤੇਰੇ ਹੀ ਦੋ ਮੇਰੇ ਹੀ ਤੇ ਇੱਕ ਮੈਂ ਚੁਲਬਲੇ ਲਿਆਂਦੇ ਸੀ ਤੇ ਇੱਕ ਕੁਰਕਰੇ ਲਿਆਂਦੇ ਮੰਮੀ ਦਾ ਦਾਲ ਦਾ ਪੈਕਟ ਖਾ ਲਾ ਹੁਣ ਪਹਿਲਾਂ ਚਾਹ ਪੀ ਲਈਏ ਇਹ ਹੁਣ ਸਫਾਈਆਂ ਕਰਾਉਣਗੇ ਨਾਲ ਹੈ ਆ ਭਾਜੀ ਇਹ ਸੁਰਮੇਦਾਨੀ ਇਹਨੂੰ ਭਾਜੀ ਦੇ ਵਿਆਹ ਦੇ ਲਈ ਤੇ ਇਹਦੇ ਚ ਨੀਲ ਜੀ ਉੱਤੋਂ ਮੰਮੀ ਨੇ ਲਾ ਦਿੱਤੀ ਆ ਮੰਮੀ ਕਹਿੰਦੀ ਹੁਣ ਏਦਾਂ ਹੀ ਕਰਕੇ ਇਹਦੇ ਕਮਲ ਭਾਜੀ ਨੂੰ ਪਾ ਦੇਣਾ ਸੁਰਮਾ ਕੁਛ ਨੀ ਹੁੰਦਾ ਆਪਣੀਆਂ ਫੋਟੋਆਂ ਵੇਖ ਵੇਖ ਕੇ ਹੱਸਣ ਡਏ ਸੀ ਤੇ ਇਹਨਾਂ ਨੂੰ ਇੰਨਾ ਨੀ ਪਤਾ ਕਿ ਮੈਂ ਵਲੌਗ ਚ ਲਈਆਂ ਨੇ ਬੋਲੋ ਸਫਾਈ ਹੋ ਗਈ ਆ ਵੇ ਇਧਰੋਂ ਬੈਠ ਆਪੇ ਖੋਲ ਲਿਆ ਇਹਦੀ ਕੰਮ ਤਾਂ ਬਹੁਤ ਜ਼ਿਆਦਾ ਖਰਾਬ ਹੋਈ ਹੈ ਉਹ ਸਫਾਈ ਕਰਤੀ ਆ ਇੰਨਾ ਕਚਰਾ ਨਿਕਲਿਆ ਹੈ
ਪਤਾ ਕੀ ਘਰ ਨੀ ਰਹਿੰਦੇ ਨੀ ਤੇ ਫਿਰ ਉਹ ਕੰਧਾ ਕੁੰਧਾ ਬੰਦਾ ਸੈੱਟ ਕਰਾ ਲੈਂਦਾ ਵਾ। ਹੁਣ ਮਾਰ ਫੇਰ ਮਾਂਜਾ ਕੋਈ ਸੁਣਦੇ ਬੇਟੇ ਰਹਿਣ ਦੇ, ਪੋਚਾ ਲਾਇਆ ਮੰਮੀ ਨੇ, ਪੋਚਾ ਤਾਂ ਲਾਇਆ ਵਾ, ਬੈੱਡ ਸਾਫ ਹੋ ਗਿਆ, ਹੁਣ ਮੈਂ ਉਧਰ ਕਰਕੇ ਉਹਦੇ ਵਿੱਚ ਕੱਪੜੇ ਰੱਖਣ ਲੱਗੀ ਬਸ। ਉਹ ਧੋਵ ਜਾਂਦਾ ਹੀ ਤਰਾ ਇਹ ਵੇ ਮਗਰ ਨੰਬਰ ਲੈਣ ਦੀ ਆ ਗਏ, ਇਹਨੇ ਇੱਧਰ ਕੀਤਾ ਹੈ, ਇਹਨੇ ਇੱਧਰ ਵਾਲਾ ਬੈੱਡ ਹਲਾਇਆ, ਮੈਂ ਉਧਰ ਵਾਲਾ ਕਿਹੜਾ ਮੇਰੇ ਹਿਸਾਬ ਨਾਲ ਪਹਿਲਾਂ ਪਹਿਲਾਂ ਨਹੀਂ ਯੂਜ਼ ਕੀਤਾ ਹੋਣਾ, ਹੁਣ ਤਾਂ ਕੁਛ ਬਣਾਇਆ ਨਹੀਂ ਕਦੇ। ਕਿਹੜੀ ਕੰਪਨੀ ਦਾ? ਐਲਜੀ ਦਾ। ਐਲਜੀ ਦਾ ਭੁੱਲ ਗਏ ਆ, ਪਲੇਟ ਕਰਤੀ ਵਿੱਚ ਘੁੰਮਦੀ ਜਿਹੜੀ, ਵੇਖ ਕਿੰਨਾ ਵਰਤਿਆ ਤੇ ਦੰਗਾਰ ਲੱਗਾ ਵਿੱਚ, ਦੇਖ ਬੜਾ ਵਰਤਿਆ ਸੀ ਪਹਿਲਾਂ। ਇਹ 'ਚ ਸਬਜ਼ੀਆਂ ਵੀ ਬਣਾਈਆਂ ਮੈਂ, ਤੜਕਾ ਲਾ ਕੇ ਰੱਖਣਾ ਪੈਂਦਾ ਹੁੰਦਾ, ਜਰਾਬ ਨਾ ਕਰ ਲਈ ਪਾਰਟੀ। ਇਹਨਾਂ ਜਦੋਂ ਮੈਨੂੰ ਘੜੀ ਗਿਫਟ ਕੀਤੀ ਸੀ ਨਾ ਤੇ ਉਹਦੇ ਤੇ ਲਿਖਿਆ ਸੀ ਟਾਈਟਨ ਦੀ ਘੜੀ ਬਾਹਰੋਂ ਲੈ ਕੇ ਆਏ ਤੇ ਉੱਥੇ ਲਿਖਿਆ ਸੀ ਦਿਸ ਵਾਚ ਸਪੈਸ਼ਲ ਫੋਰ ਜੀ ਰਿੰਕੂ। ਆ ਸਿਮਰ ਨੇ ਲਿਖਿਆ ਘੜੀ ਦੇ ਨਾਲ, ਮਾਈ ਸਵੀਟ ਵਾਈਫ ਤੇਰਾ ਸਿਮੂ ਕਵੈਦ ਤੋਂ। 7 ਵੱਜ ਗਏ ਨੇ, ਸਫਾਈ ਕਰ ਲਈ ਆ। ਤੇ ਰਸੋਈ ਰਹਿ ਗਈ, ਹੁਣ ਆਪਾਂ ਰਸੋਈ ਕਰਨ ਡੇ ਆ ਹਨਾ, ਰਸੋਈ ਦੇ ਭਾਂਡੇ ਰਹਿ ਗਏ ਬਸ, ਸੋ ਕਰ ਲਿਆ ਸਾਫ, ਛਾਣਨੇ ਦੇ ਭਾਂਡੇ ਬਸ, ਛਾਣਨਾ ਸਾਫ ਕਰ ਲਿਆ, ਧੋਣਾ ਕਿੰਨਾ ਟਾਈਮ ਹੋ ਗਿਆ ਵਾ, ਬਸ ਹੁਣ ਨਹਾਉਣਾ ਹੀ ਆ ਸਿਰ ਸੂਰ, ਬਾਕੀ ਬਾਹਰੋਂ ਵੀ ਸਾਰੇ ਸਫਾਈ ਹੋ ਗਈ ਹੈ, ਇੱਕ ਬਾਥਰੂਮ ਸਾਫ ਕਰਨ ਵਾਲੇ ਰਹਿ ਗਏ, ਉਹ ਸਵੇਰੇ ਕਰਾਂਗੇ, ਬਾਕੀ ਸਾਰੀ ਸੈਟਿੰਗ ਹੋ ਗਈ। ਆ ਵੇਖ ਲਓ ਸਫਾਈ ਹੋ ਗਈ ਜੇ ਸਾਰੇ ਰੂਮਾਂ ਦੀ, ਇੱਧਰ ਜੇ ਗੱਦੇ ਜਿਹੜੇ ਆ ਨਾ ਉੱਧਰ ਪਏ ਆ ਤੇ ਬਾਅਦ ਵਿੱਚ ਆਉਣਗੇ, ਟੇਬਲ ਇੱਧਰ ਇਹ ਨਹਾ ਕੇ ਆ ਗਈ, ਫਿਰ ਐਵੇਂ ਨਹਾਵਾਂ ਜਾ ਕੇ ਹੁਣ ਛੇਤੀ ਛੇਤੀ। ਅਤੇ ਆਹ ਵੇਖ ਲਓ ਇੱਧਰ ਵੀ ਸਟੋਰ ਦੀ ਵੀ ਸਫਾਈ ਹੋ ਗਈ ਆ ਸਾਰੇ, ਇੱਧਰ ਵੀ ਰਸੋਈ ਦੀ ਵੀ। ਆ ਜਿਹੜੇ ਭਾਂਡੇ ਆ ਸਵੇਰੇ ਇਹਦੇ 'ਤੇ ਕੱਪੜਾ ਪਾ ਕੇ ਜਾਵਾਂਗੇ, ਢੱਕ ਕੇ ਜਾਵਾਂਗੇ, ਬਾਕੀ ਉਹ ਸਾਰੇ ਛਾਨੀ ਵਾਲੇ ਸਾਰੇ ਭਾਂਡੇ ਧੋ ਲਏ, ਬਸ ਆਹ ਕੱਪ ਰਹਿ ਗਏ ਆ, ਇੰਨੇ ਕੁ ਤਾਂ ਸਵੇਰੇ ਧੋ ਲਾਂਗੇ, ਬਾਕੀ ਸਾਰਾ ਹੋ ਗਿਆ ਪੋਚੇ ਰਹਿ ਗਏ ਆ, ਅਤੇ ਪੂਰਾ ਐਂ ਵਿਹੜਾ ਵੀ ਬਾਹਰ ਐਂ ਪੂਰਾ ਕਲੀਨ ਹੋ ਗਿਆ, ਘਰ ਬੜਾ ਸੋਹਣਾ ਹੋ ਗਿਆ, ਝਾੜੂ ਨਹੀਂ ਅਜੇ ਹੋਇਆ, ਪੋਚੇ ਲੱਗਣੇ ਅਜੇ। ਅਤੇ ਚੱਲਦੇ ਹਾਂ ਉੱਧਰ, ਮੈਂ ਹੁਣ ਮੈਂ ਵੀ ਸਿਰ ਧੋ ਲਾਂ, ਬਾਏ ਮਿੱਟੀ ਘੱਟਾ ਵਾ ਪਿਆ ਵਾ ਅਤੇ ਥੱਕੇ ਹਾਂ। ਚਲੋ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ 'ਚ, ਅੱਜ ਦਾ ਵਲੌਗ ਇੱਥੋਂ ਤੱਕ, ਬਾਏ ਬਾਏ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਹੁਣ ਆਪਾਂ ਇੱਧਰ ਆ ਗਏ ਹਾਂ, ਕਿੰਨਾ ਕੀ ਟਾਈਮ ਹੋ ਗਿਆ ਰਿੰਪੀ,
ਤੇ ਸਾਡਾ ਸਮਾਨ ਰੈਡੀ ਹੋ ਗਿਆ, ਆਪਾਂ ਸਵੇਰੇ ਚੱਲ ਜਾਣਾ। ਮੰਮੀ ਰੋਟੀ ਬਣਾਉਣ ਡੇ ਨੇ, ਅੱਜ ਰੋਟੀ ਪਾਣੀ ਮੰਮੀ ਨੇ ਬਣਾ ਲਿਆ। ਕੋਈ ਕੁਛ ਕਹਿਣ ਡੇ ਭਾਜੀ ਸਾਨੂੰ ਬਰਫੀ ਲਿਆਂਦੀ ਇਰਾਦਾ ਕਿ ਮਿੱਠਾ ਖਾ ਹੀ ਲੈ ਨਾਲ। ਸੰਦੀਪ ਨੇ ਗਰਮ ਕਰਕੇ ਲਿਆਂਦੀ, ਵਿਹਲੇ ਹੋ ਹੀ ਗਏ ਅੱਜ ਭਾਜੀ ਫੋਨ। ਹੈ ਸੰਦੀਪ ਦੱਸ, ਸਟਾਰਟਿੰਗ ਤੋਂ ਹੀ ਮੇਰੇ ਪੈਰ ਦਰਦ ਕਰਨ ਡਿਆ ਪਏ ਜਦੋਂ ਮੈਂ ਪੌੜੀਆਂ ਚੜੀਆਂ ਨੀ। ਉਹ ਕੀ ਕਹਿਣ ਡੇ ਸੰਦੀਪ? ਗੀਤਾ ਭਾਜੀ ਕੀ ਕਹਿਣ?